ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਗਗੋਈ ਨੂੰ ਹੁਣ ਰਾਜ ਸਭਾ ਦਾ ਟਿਕਟ ਮਿਲ ਗਿਆ ਹੈ ਗਗੋਈ ਦੀ ਰਾਜ ਸਭਾ ਵਿੱਚ ਤਾਜਪੋਸ਼ੀ ਤੋਂ ਪਹਿਲਾਂ ਹੀ ਸਿਆਸਤ ਪਖਣ ਲੱਗੀ ਹੈ ਵਿਰੋਧੀ ਧਿਰਾਂ ਇਸ ਬਹਾਨੇ ਤਾਨੇ ਸਰਕਾਰ ਸਮੇਤ ਰੰਜਨ ਗਗੋਈ ਨੂੰ ਮਾਰ ਰਹੀਆਂ ਹਨ ਸਵਾਲੇ ਵੀ ਉੱਠਣ ਲੱਗੇ ਹਨ ਕਿ ਇਹ ਹਯੁੱਧਿਆ ਮਾਮਲੇ ਵਿੱਚ ਸੁਣਾਈ ਫੈਸਲੇ ਦਾ ਇਨਾਮ ਹੈ ਸਭ ਤੋਂ ਤਿੱਖੇ ਸਵਾਲ ਸਾਬਕਾ ਕੇਂਦਰੀ ਮੰਤਰੀ ਅਦੇ ਭਾਰਤੀ ਜਨਤਾ ਪਾਰਟੀ ਖਿਲਾਫ ਮੋਰਚਾ ਖੋਲੀ ਬੈਠੇ ਜੈਸ਼ਵੰਤ ਸਿਨਾ ਵੱਲੋਂ ਚੁੱਕੇ ਗਏ ਹਨ ਸਿਨਾ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਗਗੋਈ ਸਾਹਿਬ ਇਸ ਪੇਸ਼ਕਸ਼ ਨੂੰ ਨਾ ਕਹਿੰਦਿਆਂ ਠੁਕਰਾ ਦੇਣਗੇ ਨਹੀਂ ਤਾਂ ਇਹ ਸਾਡੇ ਕਾਨੂੰਨੀ ਸਿਸਟਮ ਲਈ ਨੁਕਸਾਨਦੇ ਸਾਬਤ ਹੋਵੇਗਾ ਸਵਾਲ ਖੱਬੇ ਪੱਖੀ ਤਿਰਾ ਵੱਲੋਂ ਵੀ ਚੁੱਕੇ ਜਾ ਰਹੇ ਹਨ ਸਿਤਰਪ ਜੇਚਰੀ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਰੰਜਨ ਗਗੋਈ ਨੇ ਕੁਝ ਸਮਾਂ ਪਹਿਲਾਂ ਖੁਦ ਹੀ ਕਿਹਾ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਮੁਰ ਕੋਈ ਨਿਯੁਕਤੀ ਜੁਡੀਸ਼ਰੀ ਦੀ ਆਜ਼ਾਦਾਨਾ ਹੋਂਦ ਲਈ ਕਾਤਕ ਹੈ ਸੋ ਹੁਣ ਉਹ ਇਸ ਬਾਰੇ ਕੀ رائے ਰੱਖਦੇ ਹਨ ਕਾਂਗਰਸ ਆਗੂਆਂ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਹਨ ਕਾਂਗਰਸ ਆਗੂ ਜੈਵੀਰ ਸ਼ੇਰਗਿੱਲ ਦਾ ਕਹਿਣਾ ਹੈ ਕਿ ਸਾਬਕਾ ਚੀਫ ਜਸਟਿਸ ਦੀ ਰਾਸ ਸਭਾ ਵਿੱਚ ਨਿਯੁਕਤੀ ਕਿਸੇ ਵੀ ਪੱਖੋਂ ਤਰਕਸੰਗਤ ਨਹੀਂ ਹੈ ਤੱਕਾ ਪਰ ਸੱਬੜ ਵੱਲੋਂ ਰੰਜਨ ਗਗੋਈ ਦੇ ਖੁਦ ਕਹੇ ਸ਼ਬਦਾਂ ਨੂੰ ਹੀ ਦौरा ਕੇ ਉਹਨਾਂ ਨੂੰ ਤਾਣਾ ਮਾਰਿਆ ਗਿਆ ਤੇਲੰਗਾਨਾ ਕਾਂਗਰਸ ਨੇ ਅਸਾਮ ਐਨ ਆਰ ਸੀ ਰਾਫੇਲ ਡੀਲ ਬਾਰੇ ਫੈਸਲਾ ਅਯੁੱਧਿਆ ਮੰਦਰ ਆਰਟੀਕਲ 370 ਅਤੇ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਹਟਾਉਣ ਵਰਗੇ ਫੈਸਲਿਆਂ ਦਾ ਜ਼ਿਕਰ ਕਰ ਨਿਸ਼ਾਨਾ ਰੰਜਨ ਗਗੋਈ ਦੀ ਇਸਤਾਜ ਪੋਸ਼ੀ ਉੱਪਰ ਸੱਧਿਆ ਹੈ ਲੋਕ ਜੱਜ ਦੀ ਨਿਰਪੱਖਤਾ ਉੱਪਰ ਕਿਸ ਤਰ੍ਹਾਂ ਯਕੀਨ ਕਰਨਗੇ ਕਈ ਸਵਾਲ ਉੱਠਦੇ ਹਨ ਤ੍ਰਿੰਮੂਲਕ ਕਾਂਗਰਸ ਦੀ ਆਗੂ ਮੋਇਲਾ ਮੌਤਰਾ ਨੇ ਜਸਟਿਸ ਰੰਜਨ ਗਗੋਈ ਦੇ ਕਾਲ ਵਿੱਚ ਲਾਇ ਕੁਝ ਫੈਸਲਿਆਂ ਦਾ ਹਵਾਲਾ ਦਿੰਦਿਆਂ ਸਿੱਧੇ ਸਵਾਲ ਚੁੱਕੇ ਹਨ ਸਵਰਾਜ ਇੰਡੀਆ ਦੇ ਜੁਗਿੰਦਰ ਯਾਦਵ ਨੇ ਇਸ ਨਿਯੁਕਤੀ ਨੂੰ ਸਿੱਧਾ ਸਿਆਸਤ ਨਾਲ ਜੋੜਦਿਆਂ ਕਿਹਾ ਹੈ ਕਿ ਜੱਜ ਨੂੰ ਉਸਦੇ ਸਿਆਸੀ ਆਕਾਮਾਂ ਵੱਲੋਂ ਇਹ ਤੋਹਫਾ ਦਿੱਤਾ ਗਿਆ ਹੈ ਸਾਬਕਾ ਚੀਫ ਜਸਟਿਸ ਦੀ ਉੱਪਰਲੇ ਸਦਨ ਵਿੱਚ ਇਸ ਸਿੱਧੀ ਐਂਟਰੀ ਨੂੰ ਸਿਆਸਤ ਨਾਲ ਜੋੜ ਕੇ ਵੇਖਣਾ ਬੇਸ਼ੱਕ ਇਸ ਪੱਖੋਂ ਤਰਕਸੰਗਤ ਵੀ ਹੈ ਕਿਉਂਕਿ ਰੰਜਨ ਗਗੋਈ ਵੱਲੋਂ ਰਾਮ ਮੰਦਰ ਸਮੇ ਵੱਡੇ ਫੈਸਲੇ ਸੁਣਾਏ ਗਏ ਪਰ ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਇਸ ਤੋਂ ਪਹਿਲਾਂ ਕਾਂਗਰਸ ਵੱਲੋਂ ਵੀ 1998 ਵਿੱਚ ਜਸਟਿਸ ਰੰਗਨਾਥ ਮੇਸ਼ਰਾ ਨੂੰ ਇਸੇ ਤਰ੍ਹਾਂ ਦੇ ਇਨਾਮ ਨਾਲ نوازਿਆ ਗਿਆ ਸੀ ਇਹ ਉਹੀ ਰੰਗਨਾਥ ਮੇਸ਼ਰਾ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਬਣੇ ਕਮਿਸ਼ਨ ਨੇ 1984 ਸਿੱਖ ਕਤਲਿਆਮ ਮਾਮਲੇ ਵਿੱਚ ਕਈ ਸੀਨੀਅਰ ਕਾਂਗਰਸ ਆਗੂਆਂ ਨੂੰ ਹਰੀ ਛੰਡੀ ਦਿੱਤੀ ਸੀ ਤਾਂ ਸਵਾਲ ਉਸ ਵੇਲੇ ਵੀ ਉੱਠੇ ਸਨ ਅੱਜ ਜਸਟਿਸ ਰੰਜਨ ਗਗੋਈ ਦੀ ਇਸ ਤਾਇਨਾਤੀ ਨਾਲ ਇੱਕ ਵਾਰ ਫਿਰ ਉੱਠਣੇ ਜ਼ਾਹਿਰ ਹਨ ਜੁਡੀਸ਼ਰੀ ਦੀ ਨਿਰਪੱਖਤਾ ਇੱਕ ਵੱਡਾ ਮਸਲਾ ਹੈ ਪਰ ਜੇ ਕਾਨੂੰਨ ਦੀਆਂ ਉੱਚ ਪਦਵੀਆਂ ਤੇ ਬਿਰਾਜਮਾਨ ਹਸਤੀਆਂ ਵੱਲੋਂ ਲਏ ਫੈਸਲਿਆਂ ਉੱਪਰ ਸਿਆਸੀ ਪ੍ਰਭਾਵ ਰਹੇਗਾ ਤਾਂ ਆਮ ਨਾਗਰਿਕਾਂ ਦਾ ਕਾਨੂੰਨ ਤੋਂ ਭਰੋਸਾ ਉਠਣਾ ਜ਼ਾਹਿਰ ਹੈ। ਸਾਬਕਾ ਜੱਜ ਦੀ ਸਿਆਸੀ ਨਿਯੁਕਤੀ ਇਸ ਉੱਪਰ ਵੱਡੇ ਸਵਾਲ ਚੁੱਕਦੀ ਹੈ। ਖੈਰ ਰੰਜਨ ਗਗੋਈ ਦੀ ਰਾਜ ਸਭਾ ਲਈ ਨਾਮਜ਼ਦਗੀ ਨੇ ਇੱਕ ਵਾਰ ਫਿਰ ਇਹਨਾਂ ਵੱਡੇ ਸਵਾਲਾਂ ਨੂੰ ਹਵਾ ਦਿੱਤੀ ਹੈ ਕਿ ਕੀ ਉਹਨਾਂ ਦੀ ਇਹ ਨਿਯੁਕਤੀ ਉਹਨਾਂ ਵੱਲੋਂ ਲਏ ਫੈਸਲਿਆਂ ਦਾ ਇਨਾਮ ਹੈ? ਖਾਸ ਕਰਕੇ ਭਾਜਪਾ ਦੇ ਰਾਜਵੇਲੇ ਕੁਝ ਫੈਸਲਿਆਂ ਤੇ ਨਜ਼ਰ ਮਾਰੀਏ ਤਾਂ ਇਸ ਤੋਂ ਪਹਿਲਾਂ ਵੀ ਕਾਨੂੰਨਦਾਨਾਂ ਨੂੰ ਇਨਾਮ ਨਾਲ ਨਵਾਜਿਆ ਗਿਆ ਹੈ। ਐਸਸੀਐਸਟੀ ਬਾਰੇ ਫੈਸਲਾ ਦੇਣ ਵਾਲੇ ਜ ਸਮੇਤ ਦਿੱਲੀ ਦੰਗਿਆਂ ਵਿੱਚ ਬੀਜਪੀ ਦੇ ਕੁਝ ਆਗੂਆਂ ਖਿਲਾਫ ਫੈਸਲਾ ਦੇਣ ਵਾਲੇ ਜੱਜ ਨੂੰ ਜਿਸ ਤਰ੍ਹਾਂ ਦਿੱਲੀ ਤੋਂ ਰਾਤੋਂ ਰਾਤ ਬਦਲ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲ ਤੋਰ ਦਿੱਤਾ ਗਿਆ ਉਹ ਆਪਣੇ ਆਪ ਵਿੱਚ ਕਈ ਵੱਡੇ ਸਵਾਲ ਖੜੇ ਕਰ ਗਿਆ ਸੀ ਤਾਂ ਇਸ ਤੋਂ ਪਹਿਲਾਂ ਦੇ ਚੀਫ ਜਸਟਿਸ ਉੱਪਰ ਸਿਆਸੀ ਹੱਥਾਂ ਵਿੱਚ ਖੇਡਣ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ ਅਤੇ ਸਾਬਕਾ ਚੀਫ ਜਸਟਿਸ ਦੇ ਕੰਮਕਾਜ ਉੱਪਰ ਸਵਾਲ ਚੁੱਕਣ ਵਾਲਿਆਂ ਚੋਂ ਖੁਦ ਇਹੀ ਰੰਜਨ ਗਗੋਈ ਵੀ ਸਨ